मीडिया जरिए पता लगया कि जिहड़ा मुख्यमंत्री साहब ने जिहड़ा 10-11 रुपए का रेट का ऐलान कर दिता है, तो मैं कहना कि जो जथेबंदियों के नाल सीएम साहब ने वादा किया उस वादे तो फिर पिछे मुड़ गए। उस वेले तो यह गल हुई कि 14 रुपए तो जिहड़ा असी वधा के गन्ने का रेट देवांगे तो भारत तो सब तो वध होगा। सो कहण तो भाव यह है कि हाले तक सीएम साहब ने यह भी नहीं ऐलान किया कि मिलां किन्नी तरीक नूं चलणगियां। हाले तक तो बिच विचाले ओला रख्या होया आ। सानू कितें यह लगता आ कि कितें ट्वीट करके जे इस तरह का ट्वीट आया आ कि मुड़ के नोटिफिकेशन ना होवे मिलां वाले फिर चुप करके बैठे रहन। कितें ना कितें यह जिहड़ा आ पंजाब सरकार हाले भी ओला रख रही है। पंजाब सरकार नूं देखो घट्टो घट जिहड़ा गन्ने की लागत मुल आ उहदे हिसाब दे नाल 450 रुपया असीं रेट की मंग कर रहे सी, पर साडे जिथे सहमति हुई सी कि 400 रुपया जिहड़े आ ਉਹ ਸਾਡੇ ਨਾਲ ਵਾਅਦਾ ਕੀਤਾ ਸੀਗਾ। ਕਿਤੇ ਨਾ ਕਿਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਖਰੇ ਚੇਤਾ ਭੁੱਲ ਗਿਆ ਆ। ਸੋ ਜਿਹੜੇ ਗੰਨੇ ਦਾ ਰੇਟ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਆ, ਜਿਹੜਾ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਹਨੂੰ ਸਵੀਕਾਰ ਨਹੀਂ ਕਰਦਾ, ਇਹ ਨਾ ਕਾਫੀ ਰੇਟ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਮੀਡੀਆ ਜਿਹੜੇ ਆ ਪਤਾ ਲੱਗਿਆ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ 10-11 ਰੁਪਏ ਦਾ ਰੇਟ ਦਾ ਐਲਾਨ ਕਰ ਦਿੱਤਾ ਹੈ, ਅਤੇ ਮੈਂ ਕਹਿੰਦਾ ਕਿ ਜੋ ਜਥੇਬੰਦੀਆਂ ਦੇ ਨਾਲ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀ ਉਸ ਵਾਅਦੇ ਤੋਂ ਤਾਂ ਫਿਰ ਪਿੱਛੇ ਮੁੜ ਗਏ। ਉਸ ਵੇਲੇ ਤਾਂ ਇਹ ਗੱਲ ਹੋਈ ਸੀ ਕਿ 14 ਰੁਪਏ ਤੋਂ ਜਿਹੜਾ ਅਸੀਂ ਵਧਾ ਕੇ ਗੰਨੇ ਦਾ ਰੇਟ ਦੇਵਾਂਗੇ ਅਤੇ ਭਾਰਤ ਤੋਂ ਸਭ ਤੋਂ ਵੱਧ ਹੋਏਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਹਾਲੇ ਤੱਕ ਸੀਐਮ ਸਾਹਿਬ ਨੇ ਇਹ ਵੀ ਨਹੀਂ ਐਲਾਨ ਕੀਤਾ ਕਿ ਮਿੱਲਾਂ ਕਿੰਨੀ ਤਰੀਕ ਨੂੰ ਚੱਲਣਗੀਆਂ। ਹਾਲੇ ਤੱਕ ਤਾਂ ਵਿੱਚ ਵਿਚਾਲੇ ਓਹਲਾ ਰੱਖਿਆ ਹੋਇਆ ਆ। ਸਾਨੂੰ ਕਿਤੇ ਇਹ ਲੱਗਦਾ ਆ ਕਿ ਕਿਤੇ ਟਵੀਟ ਕਰਕੇ ਜੇ ਇਸ ਤਰ੍ਹਾਂ ਦਾ ਟਵੀਟ ਆਇਆ ਆ ਕਿ ਮੁੜ ਕੇ ਨੋਟੀਫਿਕੇਸ਼ਨ ਨਾ ਹੋਵੇ ਮਿੱਲਾਂ ਵਾਲੇ ਫਿਰ ਚੁੱਪ ਕਰਕੇ ਬੈਠੇ ਰਹਿਣ। ਕਿਤੇ ਨਾ ਕਿਤੇ ਇਹ ਜਿਹੜਾ ਆ ਪੰਜਾਬ ਸਰਕਾਰ ਹਾਲੇ ਵੀ ਓਹਲਾ ਰੱਖ ਰਹੀ ਹੈ। ਪੰਜਾਬ ਸਰਕਾਰ ਨੂੰ ਦੇਖੋ ਘੱਟੋ ਘੱਟ ਜਿਹੜਾ ਗੰਨੇ ਦੀ ਲਾਗਤ ਮੁੱਲ ਆ ਉਹਦੇ ਹਿਸਾਬ ਦੇ ਨਾਲ 450 ਰੁਪਈਆ ਅਸੀਂ ਰੇਟ ਦੀ ਮੰਗ ਕਰ ਰਹੇ ਸੀ, ਪਰ ਸਾਡੇ ਜਿੱਥੇ ਸਹਿਮਤੀ ਹੋਈ ਸੀ ਕਿ 400 ਰੁਪਈਆ ਜਿਹੜੇ ਆ ਉਹ ਸਾਡੇ ਨਾਲ ਵਾਅਦਾ ਕੀਤਾ ਸੀਗਾ। ਕਿਤੇ ਨਾ ਕਿਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਖਰੇ ਚੇਤਾ ਭੁੱਲ ਗਿਆ ਆ। ਸੋ ਜਿਹੜੇ ਗੰਨੇ ਦਾ ਰੇਟ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਆ, ਜਿਹੜਾ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਹਨੂੰ ਸਵੀਕਾਰ ਨਹੀਂ ਕਰਦਾ, ਇਹ ਨਾ ਕਾਫੀ ਰੇਟ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਮੀਡੀਆ ਜਿਹੜੇ ਆ ਪਤਾ ਲੱਗਿਆ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ 10-11 ਰੁਪਏ ਦਾ ਰੇਟ ਦਾ ਐਲਾਨ ਕਰ ਦਿੱਤਾ ਹੈ, ਅਤੇ ਮੈਂ ਕਹਿੰਦਾ ਕਿ ਜੋ ਜਥੇਬੰਦੀਆਂ ਦੇ ਨਾਲ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀ ਉਸ ਵਾਅਦੇ ਤੋਂ ਤਾਂ ਫਿਰ ਪਿੱਛੇ ਮੁੜ ਗਏ। ਉਸ ਵੇਲੇ ਤਾਂ ਇਹ ਗੱਲ ਹੋਈ ਸੀ ਕਿ 14 ਰੁਪਏ ਤੋਂ ਜਿਹੜਾ ਅਸੀਂ ਵਧਾ ਕੇ ਗੰਨੇ ਦਾ ਰੇਟ ਦੇਵਾਂਗੇ ਅਤੇ ਭਾਰਤ ਤੋਂ ਸਭ ਤੋਂ ਵੱਧ ਹੋਏਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਹਾਲੇ ਤੱਕ ਸੀਐਮ ਸਾਹਿਬ ਨੇ ਇਹ ਵੀ ਨਹੀਂ ਐਲਾਨ ਕੀਤਾ ਕਿ ਮਿੱਲਾਂ ਕਿੰਨੀ ਤਰੀਕ ਨੂੰ ਚੱਲਣਗੀਆਂ। ਹਾਲੇ ਤੱਕ ਤਾਂ ਵਿੱਚ ਵਿਚਾਲੇ ਓਹਲਾ ਰੱਖਿਆ ਹੋਇਆ ਆ। ਸਾਨੂੰ ਕਿਤੇ ਇਹ ਲੱਗਦਾ ਆ ਕਿ ਕਿਤੇ ਟਵੀਟ ਕਰਕੇ ਜੇ ਇਸ ਤਰ੍ਹਾਂ ਦਾ ਟਵੀਟ ਆਇਆ ਆ ਕਿ ਮੁੜ ਕੇ ਨੋਟੀਫਿਕੇਸ਼ਨ ਨਾ ਹੋਵੇ ਮਿੱਲਾਂ ਵਾਲੇ ਫਿਰ ਚੁੱਪ ਕਰਕੇ ਬੈਠੇ ਰਹਿਣ। ਕਿਤੇ ਨਾ ਕਿਤੇ ਇਹ ਜਿਹੜਾ ਆ ਪੰਜਾਬ ਸਰਕਾਰ ਹਾਲੇ ਵੀ ਓਹਲਾ ਰੱਖ ਰਹੀ ਹੈ। ਪੰਜਾਬ ਸਰਕਾਰ ਨੂੰ ਦੇਖੋ ਘੱਟੋ ਘੱਟ ਜਿਹੜਾ ਗੰਨੇ ਦੀ ਲਾਗਤ ਮੁੱਲ ਆ ਉਹਦੇ ਹਿਸਾਬ ਦੇ ਨਾਲ 450 ਰੁਪਈਆ ਅਸੀਂ ਰੇਟ ਦੀ ਮੰਗ ਕਰ ਰਹੇ ਸੀ, ਪਰ ਸਾਡੇ ਜਿੱਥੇ ਸਹਿਮਤੀ ਹੋਈ ਸੀ ਕਿ 400 ਰੁਪਈਆ ਜਿਹੜੇ ਆ ਉਹ ਸਾਡੇ ਨਾਲ ਵਾਅਦਾ ਕੀਤਾ ਸੀਗਾ। ਕਿਤੇ ਨਾ ਕਿਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਖਰੇ ਚੇਤਾ ਭੁੱਲ ਗਿਆ ਆ। ਸੋ ਜਿਹੜੇ ਗੰਨੇ ਦਾ ਰੇਟ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਆ, ਜਿਹੜਾ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਹਨੂੰ ਸਵੀਕਾਰ ਨਹੀਂ ਕਰਦਾ, ਇਹ ਨਾ ਕਾਫੀ ਰੇਟ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ।